ਜਿਹੜੇ ਸਾਡੇ ਜੈਨੂਇਨ ਸਟੂਡੈਂਟਸ ਨੇ ਆਈ ਐਮ ਸ਼ੋਰ ਕਿ ਤੁਸੀਂ ਅਪਲਾਈ ਕਰੋ ਜੀ ਤਾਂ ਤੁਹਾਨੂੰ ਜ਼ਰੂਰ ਵੀਜ਼ਾ ਮਿਲੇਗਾ। ਐਂਡ ਪਿੱਛੇ ਜਿਹੇ ਤਾਂ ਇਹ ਵੀ ਸੀਗਾ ਨਾ ਵੀ ਪੰਜਾਬ ਬੋਰਡ ਹੋ ਗਏ, ਹਰਿਆਣਾ ਬੋਰਡ ਹੋ ਗਿਆ, ਅਸੀਂ ਉਹਨਾਂ ਨੂੰ ਐਡਮਿਸ਼ਨ ਨਹੀਂ ਦੇਣੀ ਹੈਗੀ। ਮੇਰੇ ਖਿਆਲ 'ਚ ਯੂਨੀਵਰਸਿਟੀਜ਼ ਦੇ ਵੱਲੋਂ ਵੀ ਕਿ ਉਹਨਾਂ ਨੂੰ ਐਕਸੈਪਟ ਨਹੀਂ ਸੀ ਕੀਤਾ ਜਾ ਰਿਹਾ ਸੀ ਬੱਚਿਆਂ ਨੂੰ। ਬਿਲਕੁਲ ਕਵਿਤਾ ਜੀ, ਹੋਇਆ ਸੀ ਹਰਿਆਣਾ ਬੋਰਡ ਦੇ ਕੁਛ ਪੇਪਰ ਵਰਕ ਜਿਹੜਾ ਮੈਨੂਪਲੇਟਰ ਅੰਦਰ ਗਿਆ ਸੀਗਾ, ਉਹਦੇ ਉੱਤੇ ਇਨਕੁਆਇਰੀ ਵੱਧ ਗਈ ਸੀਗੀ। ਇਹ ਨਹੀਂ ਕਿ ਐਮਬੈਸੀ ਨੇ ਮਨਾ ਕਰ ਦਿੱਤਾ ਸੀਗਾ ਕਿ ਹਰਿਆਣਾ ਬੋਰਡ ਵਾਲੇ ਬੱਚਿਆਂ ਨੂੰ ਅਸੀਂ ਲੈਣਾ ਨਹੀਂ। ਠੀਕ ਹੈ, ਕੁਛ ਕਾਲਜਿਸ ਥੋੜ੍ਹਾ ਜਿਹਾ ਉਹਦੇ ਵਿੱਚ ਉਹ ਕਰ ਰਹੇ ਸੀਗੇ ਕਿ ਐਡਮਿਸ਼ਨ ਦੇਣ ਲਈ ਪ੍ਰਪੇਅਰ ਨਹੀਂ ਸੀ ਕਾਲਜਿਸ, ਕਿਉਂਕਿ ਇਹ ਕਨੈਕਟਿਵਿਟੀ ਸਾਰੇ ਕਿਤੇ ਜਦੋਂ ਫੈਲ ਜਾਂਦੀ ਉਦੋਂ ਕਿਤੇ ਨਾ ਕਿਤੇ ਉਹ ਦੁਬਾਰਾ ਰੀਜਨਰੇਟ ਕਰਨ 'ਤੇ ਟਾਈਮ ਲੱਗਦਾ ਹੈ। ਬਟ ਹਰਿਆਣਾ ਵਾਲੇ ਬੋਰਡ ਨੂੰ ਵੀ ਕਦੀ ਮਨਾ ਨਹੀਂ ਕੀਤਾ ਕਿਸੇ ਨੇ, ਹਰਿਆਣਾ ਬੋਰਡ ਵਾਲੇ ਬੱਚਿਆਂ ਨੂੰ ਵੀ ਪ੍ਰੋਪਰ ਆਸਟ੍ਰੇਲੀਆ ਲੈਂਦਾ ਰਿਹਾ, ਕਾਲਜਿਸ 'ਚ ਐਡਮਿਸ਼ਨ ਹੋਈ ਆ, ਅਪਲਾਈ ਵੀ ਕੀਤਾ ਬੱਚਿਆਂ ਨੇ, ਵੀਜ਼ਾਸ ਵੀ ਆਏ ਨੇ ਉਹਨਾਂ ਦੇ ਆਸਟ੍ਰੇਲੀਆ ਦੇ। ਕਿ ਇੱਕ ਅਸੀਂ ਮਤਲਬ ਇੱਕ ਚੀਜ਼ ਨੂੰ ਅਸੀਂ ਕਿਸ ਲੈਵਲ ਤੱਕ ਬੱਚਿਆਂ ਦੇ ਕਿਵੇਂ ਨੌਲੇਜ ਕਿੱਥੋਂ ਚੱਕਦੇ ਨੇ, ਕੀ ਉਹਨਾਂ ਦਾ ਪਲੈਟਫਾਰਮ ਆ, ਉਹ ਡਿਪੈਂਡ ਕਰਦਾ ਹੈ। ਬਟ ਕਦੀ ਵੀ ਆਸਟ੍ਰੇਲੀਆ ਨੇ ਹਰਿਆਣਾ ਬੋਰਡ ਵਾਲੇ ਬੱਚਿਆਂ ਨੂੰ ਬੰਦ ਨਹੀਂ ਕੀਤਾ, ਨਾ ਹੀ ਆਰਟਸ ਵਾਲੇ ਬੱਚਿਆਂ ਨੂੰ ਜਿਹੜਾ ਹੈ ਕਿ ਬੰਦ ਕੀਤਾ ਹੈ। ਬਿਲਕੁਲ ਤੁਸੀਂ ਅਪਲਾਈ ਕਰ ਸਕਦੇ ਹੋ, ਜਾ ਸਕਦੇ ਹੋ। ਇਸ ਤੋਂ ਮੈਨੂੰ ਲੱਗਦਾ ਕੋਵਿਡ ਤੋਂ ਵੀ ਪਹਿਲਾਂ, ਲਾਸਟ ਤੋਂ ਲਾਸਟ ਈਅਰ, ਉਦੋਂ ਪੰਜਾਬ ਬੋਰਡ ਦੇ ਉੱਤੇ ਇਹ ਕੁਐਸਚਨਿੰਗ ਹੋ ਗਈ ਸੀ, ਪੰਜਾਬ ਬੋਰਡ ਵਾਲੇ ਬੱਚਿਆਂ ਨੂੰ ਲੈਣਾ, ਆਸਟ੍ਰੇਲੀਆ ਨੇ ਬੰਦ ਕਰ ਦਿੱਤਾ। ਬਟ ਅਜਿਹਾ ਕਦੀ ਵੀ ਕਿਤੇ ਨਹੀਂ ਹੋਇਆ ਕਿ ਇੱਕ ਬੋਰਡ ਨੂੰ ਸਪੈਸੀਫਿਕਲੀ ਕੋਈ ਕੰਟਰੀ ਬੈਨ ਕਰੇ, ਨਾ ਹੀ ਬੈਨ ਕਰ ਸਕਦਾ ਹੈ। ਠੀਕ ਹੈ, ਪੇਪਰ ਵਰਕ 'ਚ ਕਿਤੇ ਉਹ ਚੀਜ਼ ਆ ਜਾਂਦੀ ਹੈ ਅਤੇ ਉਹਨਾਂ ਦੀ ਇਨਕੁਆਇਰੀ ਵੱਧ ਜਾਂਦੀ ਹੈ ਉੱਥੇ। ਸੋ ਆਸਟ੍ਰੇਲੀਆ ਸਟੱਡੀ ਵੀਜ਼ਾ, ਅੱਛਾ COE ਕਨਫਰਮੇਸ਼ਨ ਆਫ ਇਨਰੋਲਮੈਂਟ, ਉਹ ਕਈ ਵਾਰੀ ਨਹੀਂ ਤੁਹਾਨੂੰ ਜਲਦੀ ਹਾਸਲ ਹੁੰਦੀ, ਕਿਉਂਕਿ ਸਟੂਡੈਂਟਸ ਦਾ ਵੀ ਫਿਰ ਇਹੀ ਸ਼ਿਕਾਇਤ ਰਹਿੰਦੀ ਹੈ ਕਿ ਹਾਂਜੀ ਸਾਨੂੰ ਕੰਸਲਟੈਂਟ ਕਹਿ ਰਿਹਾ ਮਹੀਨਾ ਦੋ ਮਹੀਨੇ ਹਾਲੇ ਵੇਟ ਕਰੋ ਹਾਲੇ ਆ ਜਾਏਗੀ। ਜਾਂ ਫਿਰ ਕਈ ਵਾਰੀ ਤਾਂ ਕਿ ਵੀ ਹਾਂਜੀ ਸਟੂਡੈਂਟਸ ਨੂੰ ਦੱਸਿਆ ਹੀ ਨਹੀਂ ਜਾਂਦਾ ਰਾਈਟ ਕਿ ਚੱਲ ਕੀ ਰਿਹਾ, ਇਹਦਾ ਰੀਜ਼ਨ ਕੀ ਹੈ? ਦੇਖੋ ਕਵਿਤਾ ਜੀ, ਸਾਡੇ ਵੱਲੋਂ ਜੋ ਕੀਤਾ ਜਾਂਦਾ, 2021 ਵਾਲੇ ਬੱਚੇ ਨੂੰ ਜੇ ਤੁਸੀਂ ਪਾਓਗੇ ਆਫਰ ਲੈਟਰ ਮੰਗਾ ਲਓਗੇ, ਕਨਫਰਮੇਸ਼ਨ ਆਫ ਇਨਰੋਲਮੈਂਟ ਅਪਲਾਈ ਕਰੋਗੇ ਤੇ ਉਹਦੀ ਨਹੀਂ ਆਣੀ, ਕਿਉਂਕਿ 19-20-21 ਵਾਲੇ ਬੱਚਿਆਂ ਨੂੰ ਬਿਲਕੁਲ ਆਸਟ੍ਰੇਲੀਆ ਨਹੀਂ ਲੈ ਰਿਹਾ। ਜੇ ਮੈਂ ਗੱਲ ਕਰਾਂ 2022 ਵਾਲੇ ਬੱਚਿਆਂ ਦੀ, ਕਿਤੇ ਕਨਫਰਮੇਸ਼ਨ ਇਨਰੋਲਮੈਂਟ ਨਹੀਂ ਰੁਕ ਰਹੀ ਸੀ, ਉਹੀ ਨਹੀਂ ਰੁਕ ਰਹੀ। ਹੁਣ ਇਹਦੇ ਲਈ ਕਲਚਰ ਐਕਸਚੇਂਜ ਪ੍ਰੋਗਰਾਮ ਆ ਜਿਹੜੀ ਕੰਪਨੀ ਸਾਡੀ ਗਾਈਡ ਕਰ ਰਹੀ ਆ ਬੱਚਿਆਂ ਨੂੰ, ਅਸੀਂ ਡੀਲ ਵੀ ਕਰ ਰਹੇ ਹਾਂ ਉਹਦੇ ਵਿੱਚ। ਕਲਚਰ ਪ੍ਰੋਗਰਾਮ 'ਚ ਅਸੀਂ ਬੱਚਿਆਂ ਦੇ ਵੀਜ਼ਾਸ ਵੀ ਲਏ ਆ, ਉੱਥੇ ਜਾ ਕੇ ਐਕਸਚੇਂਜ ਪ੍ਰੋਗਰਾਮ ਲੈ ਕੇ ਅਸੀਂ ਸਟੱਡੀ ਵੀਜ਼ਾ ਕਨਵਰਟ ਵੀ ਕਰਵਾਏ ਆ। ਅਤੇ ਇਸ ਟਾਈਮ ਜਿਹੜੇ 18-19-21 ਵਾਲੇ ਬੱਚੇ ਨੇ, ਉਹਨਾਂ ਨੂੰ ਕਲਚਰ ਪ੍ਰੋਗਰਾਮ 'ਚ ਹੀ ਅਪਲਾਈ ਕਰਨਾ ਚਾਹੀਦਾ ਹੈ। ਕਲਚਰ ਪ੍ਰੋਗਰਾਮ ਐਕਚੁਅਲ 'ਚ ਐਕਸਚੇਂਜ ਪ੍ਰੋਗਰਾਮ ਆ, ਉੱਥੇ ਜਾ ਕੇ ਤੁਸੀਂ ਸਟੱਡੀ ਪਰਮਿਟ ਜਿਹੜਾ ਉਹ ਆਪਣਾ ਅਪਲਾਈ ਕਰ ਸਕਦੇ ਹੋ। ਅਤੇ ਬੱਚਿਆਂ ਦੇ ਦਿਮਾਗ 'ਚ ਬਹੁਤ ਜ਼ਿਆਦਾ ਸਵਾਲ ਹੁੰਦੇ ਆ ਕਿ ਜਿਹੜੇ ਅਸੀਂ ਇੱਥੋਂ ਫੰਡ ਦਿਖਾ ਕੇ ਕਨਫਰਮੇਸ਼ਨ ਆਫ ਇਨਰੋਲਮੈਂਟ ਲਈ ਦਿਖਾਉਣੇ ਪੈਂਦੇ ਆ, ਕੀ ਉਨੇ ਹੀ ਫੰਡ ਉੱਥੇ ਦਿਖਾਉਣੇ ਪੈਣਗੇ? ਬਿਲਕੁਲ ਨਹੀਂ, ਉਨੇ ਫੰਡ ਦੀ ਸਾਨੂੰ ਜ਼ਰੂਰਤ ਨਹੀਂ ਹੈ। ਜੋ ਅਸੀਂ ਇੱਥੇ ਕਲਚਰ ਪ੍ਰੋਗਰਾਮ ਦੇ ਵਿੱਚ ਅਪਲਾਈ ਕਰਕੇ ਫੰਡ ਦਿਖਾ ਕੇ ਗਏ ਹਾਂ, ਉਹੀ ਫੰਡਿੰਗ ਤੁਹਾਡੀ ਉੱਥੇ ਚੱਲ ਜਾਂਦੀ ਆ। ਬਹੁਤ ਅੱਛਾ ਪ੍ਰੋਗਰਾਮ ਆ, ਜਿਹੜੇ ਬੱਚਿਆਂ ਦਾ ਗੈਪ ਪੈ ਗਿਆ ਅਤੇ ਉਹਨਾਂ ਦੇ ਮਾਇੰਡ ਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ ਹੈ ਕਿ ਅਸੀਂ ਆਸਟ੍ਰੇਲੀਆ ਹੀ ਜਾਣਾ ਹੈ, ਅਤੇ ਉਹਨਾਂ ਦੇ ਲਈ ਕਲਚਰ ਐਕਸਚੇਂਜ ਪ੍ਰੋਗਰਾਮ ਬਹੁਤ ਅੱਛਾ ਪ੍ਰੋਗਰਾਮ ਹੈ। ਤੁਸੀਂ ਇਹਦੇ 'ਚ ਅਪਲਾਈ ਕਰਕੇ ਜਾ ਸਕਦੇ ਹੋ। ਜਿਹੜੇ ਜਿਨ੍ਹਾਂ ਦੀਆਂ COE ਰੁਕੀਆਂ ਆ ਨਹੀਂ ਰਹੀਆਂ, ਜਾਂ ਕਿਸੇ ਤਰ੍ਹਾਂ ਦੀ ਉਹਨਾਂ ਦੇ ਮਾਇੰਡ ਦੇ ਵਿੱਚ ਸਵਾਲ ਨੇ ਜਾਂ ਇਹਦੇ ਵਿੱਚ, ਜਾਂ ਉਹਨਾਂ ਨੂੰ ਲੱਗਦਾ ਕਿ ਮੈਂ ਅਪਲਾਈ ਕਰੂੰਗਾ, ਪਤਾ ਨਹੀਂ ਮੇਰਾ ਵੀਜ਼ਾ ਨਿਕਲੂਗਾ ਕਿ ਨਹੀਂ ਨਿਕਲੂਗਾ, ਉਹ ਕਲਚਰ ਐਕਸਚੇਂਜ ਪ੍ਰੋਗਰਾਮ 'ਚ ਅਪਲਾਈ ਕਰਕੇ ਵੀਜ਼ਾ ਲੈ ਸਕਦੇ ਨੇ।